ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਦਾ ਵਲੋਗ ਹੋਏਗਾ ਟੋਰੰਟੋ ਜ਼ੂ ਦਾ। ਕਾਫੀ ਵਧੀਆ ਵਲੋਗ ਹੋਣ ਵਾਲਾ, ਇੱਥੇ ਜ਼ਰੂਰ ਵੇਖਣ ਨਵੇਂ ਨਵੇਂ ਐਨੀਮਲਸ ਅਤੇ ਜਿਹੜੇ ਮਸ਼ਹੂਰ ਨੇ ਕਾਫੀ, ਉਹ ਵੀ ਤੁਹਾਨੂੰ ਖਾਵਾਂਗੇ। ਸੋ ਜੁੜੇ ਰਹੋ ਤਾਂ ਅੱਗੇ ਵੇਖੋ। ਹੁਣ ਆ ਲਓ ਜੀ, ਆਪਾਂ ਆ ਗਏ ਹਾਂ ਪਾਰਕਿੰਗ ਏਰੀਆ 'ਚ। ਇੱਥੇ ਆਪਾਂ ਲਾਤੀ ਗੱਡੀ ਪਾਰਕ, ਅਤੇ ਹੁਣ ਅੱਗੇ ਤਾਂ ਦੇਖਦੇ ਹਾਂ ਕਿੱਥੇ ਵੇਜੂ। ਆ ਮਿੱਤਰੋ, ਠੰਡਾ ਠੰਡਾ ਪੀਣ ਵਾਸਤੇ ਰੱਖਿਆ ਇਹਨਾਂ ਨੇ ਬਣਾਇਆ। ਸੋ ਚਲੋ ਅਸੀਂ ਆਪਣੀ ਪਾਰਕਿੰਗ ਏਰੀਆ, ਅਤੇ ਹੁਣ ਆਪਾਂ ਚੱਲਦੇ ਹਾਂ ਜੂ ਵੱਲ। ਜੂ ਅੱਗੇ ਵੈਲਕਮ ਕਰਦੇ ਪੈਣੇ ਜੂ ਵਾਲੇ। ਸੋ ਮਿੱਤਰੋ, ਦਿਖਾਉਂਦੇ ਹਾਂ ਤੁਹਾਨੂੰ ਟੋਰੰਟੋ ਵਾਲਾ ਜੂ, ਕਾਫੀ ਮਸ਼ਹੂਰ ਹੈ। ਅਤੇ ਦੇਖਦੇ ਹਾਂ ਇੱਥੇ ਕਿਹੜੇ ਕਿਹੜੇ ਐਨੀਮਲ, ਪੰਛੀ, ਬਰਡ, ਕੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਸਭ ਕੁਝ ਵਿਖਾਵਾਂਗੇ। ਵਲੋਗ ਵੇਖਿਓ ਪੂਰਾ, ਅਤੇ ਬਹੁਤ ਇੰਟਰਸਟਿੰਗ ਹੋਣ ਵਾਲਾ। ਆ ਮਿੱਤਰੋ, ਇੱਕ ਹੋਰ ਪਾਰਕਿੰਗ ਲੋਟ ਹੈ, ਬਟ ਆਹ ਫੁੱਲ ਹੋ ਗਿਆ ਤਾਂ ਕਰਕੇ ਫਿਰ ਦੂਜੀ ਸਾਈਡ ਭੇਜਣ ਦੇ ਲੋਕਾਂ ਸਾਰੇ। ਮਿੱਤਰੋ, ਦੁਨੀਆਂ 'ਤੇ ਲੱਗਦੀ ਹੈ ਹਜ਼ਾਰਾਂ ਨਾਲ ਜਾਂ ਲੱਖਾਂ ਨਾਲ ਹੀ ਲਾ ਲਓ, ਜਿੰਨੀ ਗੱਡੀ ਖਲੋਤੀ ਹੈ ਇੱਥੇ। ਦੋ ਤਿੰਨ ਪਾਰਕਿੰਗ ਲੋਟ ਨੇ, ਤਿੰਨੋਂ ਭਰੇ ਪਏ ਨੇ। ਹੁਣ ਦੂਰ ਅਸੀਂ ਗੱਡੀ ਖਿਲਾਰ ਕੇ ਆਏ ਤਾਂ ਕਰਕੇ ਦੂਸਰੀ ਤੀਸਰੀ ਪਾਰਕਿੰਗ ਆਈ ਥਿੰਕ ਹੋਏਗੀ। ਸੋ ਆ ਗਿਆ ਟਿਕਟ ਕਾਊਂਟਰ, ਅਤੇ ਇੱਥੇ ਆਪਾਂ ਟਿਕਟ ਵਿਖਾਉਣੀ ਹੈ ਅਤੇ ਐਂਟਰੈਂਸ ਕਰ ਲੈਣੀ ਅੰਦਰ। ਅਤੇ ਦੁਨੀਆ, ਕਿਉਂਕਿ ਬਹੁਤ ਮਸ਼ਹੂਰ ਹੈ ਨਾ ਇੱਥੋਂ ਦਾ ਟੋਰੰਟੋ ਵਾਲਾ ਜੂ, ਸੋ ਤਾਂ ਕਰਕੇ ਇੱਥੇ ਜ਼ਿਆਦਾ ਗੱਡੀਆਂ ਪਬਲਿਕ ਆਈ ਹੈ। ਅਤੇ ਉੱਤੋਂ ਹੈਵੀ ਵੀਕਐਂਡ, ਲੋਕਾਂ ਦੀ ਛੁੱਟੀ ਹੋਈ ਹੈ। ਆਪਾਂ ਮਿੱਤਰੋ ਔਨਲਾਈਨ ਲੈ ਲਈਆਂ ਹਨ ਟਿਕਟਾਂ, ਸੋ ਆਪਾਂ ਚੱਲਦੇ ਹਾਂ। ਆਪਾਂ ਨੂੰ ਲੈਨ 'ਚ ਖਲੋਣ ਦੀ ਲੋੜ ਨਹੀਂ ਹੈਗੀ ਪਿੱਛੇ, ਕਿਉਂਕਿ ਆਪਾਂ ਔਨਲਾਈਨ ਬਾਏ ਕਰ ਲਈਆਂ ਹਨ। ਅਤੇ ਆਪਾਂ ਹੁਣ ਸਿੱਧਾ ਅੱਗੇ ਐਂਟਰੀ ਕਰਦੇ ਹਾਂ, ਅਤੇ ਦਿਖਾਉਂਦੇ ਹਾਂ ਅੱਗੇ ਦਾ। ਆ ਗਿਆ ਵੀ ਟਿਕਟ ਚੈਕਿੰਗ ਵਾਲਾ ਕਾਊਂਟਰ, ਇੱਥੇ ਆਪਾਂ ਟਿਕਟਾਂ ਚੈੱਕ ਕਰਾਈਏ ਅਤੇ ਅੱਗੇ ਦਾ ਚੱਲੀਏ। ਆ ਇੱਥੇ ਜੀ ਖਾਣ ਪੀਣ ਦਾ ਜੇ ਬਣਾਇਆ ਪਹਿਲਾਂ, ਜਿਹੜਾ ਸਮਾਨ ਸਮੂਨ ਲੈ ਕੇ ਜਾਣਾ ਆਪਣਾ ਲੈ ਕੇ, ਅਤੇ ਫਿਰ ਅੱਗੇ ਚੱਲੋ। ਵੈਸੇ ਤਾਂ ਕਹਿੰਦੇ ਹਨ ਕਿ ਇੱਥੇ ਸਮਾਨ ਅਲਾਊਡ ਨਹੀਂ ਹੈਗਾ, ਬਟ ਲੈ ਕੇ ਜਾ ਸਕਦੇ ਹਾਂ ਆਪਾਂ, ਜੋ ਮਰਜ਼ੀ ਲੈ ਆਓ, ਮਣਾ ਮੁਣਾ ਕੁਛ ਨਹੀਂ ਕਰਦੇ ਹੈਗੇ। ਬਾਕੀ ਇੱਥੋਂ ਵੀ ਟਾਈਮ ਤੋਂ ਮਿਲ ਜਾਂਦਾ ਟਾਈਮ ਹੈ, ਜੋ ਮਰਜ਼ੀ ਖਾਣ ਪੀਣ ਨੂੰ ਲਓ, ਅੱਗੇ ਫਿਰ ਅੱਗੇ ਦਾ ਸਫ਼ਰ ਹੋਏ। ਆਈ ਥਿੰਕ ਅੱਗੇ ਹੋਰ ਵੀ ਚੀਜ਼ਾਂ ਨੇ, ਹੋਟਲ ਵਗੈਰਾ ਅਤੇ ਟੇਮ ਟੂਮ ਬਣੇ ਨੇ, ਅਲੱਗ ਅਲੱਗ ਕੈਫੇ ਬਣੇ ਨੇ ਜਿੱਥੋਂ ਆਪਾਂ ਸਮਾਨ ਲੈ ਸਕਦੇ ਹਾਂ। ਅੱਗੇ ਚਿੜੀਆਂ ਚੁੜੀਆਂ ਕਹਿੰਦੇ ਸ਼ੇਰ ਸ਼ੇਰ ਬਾਅਦ 'ਚ ਵੇਖਿਓ, ਪਹਿਲਾਂ ਬੱਚਿਆਂ ਵਾਸਤੇ ਖਿਡਾਉਣੇ ਜੀ। ਪਹਿਲਾਂ ਅੱਗੇ ਐਂਟਰੈਂਸ ਕਰਦੇ ਇਹਨਾਂ ਨੇ, ਆਹ ਲਾ ਛੜੇ ਨੇ ਕਿ ਜਵਾਕ ਅੱਗੇ ਨਾ ਜਾਣ ਦੇਣ, ਇੱਥੇ ਪਹਿਲਾਂ ਤਾਂ ਹੂਟੇ ਲੈਣ। ਸਾਰੇ ਅਲੱਗ ਅਲੱਗ ਬਣਾਏ ਨੇ ਇਹਨਾਂ ਜਾਨਵਰ ਜੇ। ਚਲੋ ਆਪਾਂ ਟਾਈਮ ਨਾ ਖਰਾਬ ਕਰਦੇ ਅੱਗੇ ਚੱਲਦੇ ਹਾਂ। ਲੋ ਵੀ ਮਿੱਤਰੋ, ਦੋ ਰਾਹ ਸਨ ਜੂ ਦੇ ਅੱਗੇ ਐਂਟਰ ਕਰਨ ਦੇ, ਅਤੇ ਪਰ ਜਿਹੜਾ ਨਾ ਸਟਾਫ ਸੀ ਉਹਨੇ ਫਿਰ ਤੁਹਾਨੂੰ ਦੱਸਿਆ ਕਿ ਅਸੀਂ ਪਹਿਲਾਂ ਚੱਲੇ ਸਾਂ ਇੱਧਰਲੀ ਸਾਈਡ, ਬਟ ਉਹਨਾਂ ਨੇ ਆਖਿਆ ਕਿ ਇੱਧਰ ਤੁਹਾਨੂੰ ਜ਼ਿਆਦਾ ਜਿਹੜੇ ਸੁੱਤੇ ਹੋਣਗੇ ਜਾਨਵਰ, ਜੇ ਟਾਈਮ ਨਹੀਂ ਈਵਨਿੰਗ ਟਾਈਮ ਵਧੀਆ ਰਹੇਗਾ। ਸੋ ਅਸੀਂ ਹੁਣ ਚੱਲੇ ਇੱਧਰ, ਆਹ ਸਾਰਾ ਘੁੰਮ ਕੇ, ਆਹ ਸਾਰਾ ਸਰਕਲ ਘੁੰਮ ਕੇ ਫਿਰ ਜਾਵਾਂਗੇ ਇੱਥੇ, ਇਸ ਤੋਂ ਬਾਅਦ ਫਿਰ ਜਾਵਾਂਗੇ ਇੱਥੇ। ਸੋ ਈਵਨਿੰਗ ਟਾਈਮ ਦੇਖਾਂਗੇ, ਜੇ ਟਾਈਮ ਬਚਿਆ ਤਾਂ ਫਿਰ ਜਾਵਾਂਗੇ ਇੱਥੇ। ਸੋ ਹੁਣ ਆਪਾਂ ਆਹ ਸਰਕਲ ਕਵਰ ਕਰਾਂਗੇ, ਆਹ ਸਾਰਾ ਸਰਕਲ ਕਵਰ ਕਰਾਂਗੇ, ਫਿਰ ਦਿਨ ਜਾਵਾਂਗੇ। ਸੋ ਵਧੀਆ ਸੀ, ਅਤੇ ਇੱਕ ਟਾਈਮ ਬਚ ਗਿਆ ਹੁਣ, ਨਹੀਂ ਤਾਂ ਅਸੀਂ ਪਰਲੀ ਸਾਈਡ ਤੁਰ ਜਾਣਾ ਸੀ, ਹੁਣੇ ਟਾਈਮ ਖਰਾਬ ਹੋ ਜਾਣਾ ਸੀ, ਅਤੇ ਹੁਣ ਅੱਗੇ ਜਾਂਦੇ ਹਾਂ।
ਮਿੱਤਰੋ ਜੂ ਦੀ ਸਟਾਰਟ ਹੋ ਗਈ ਹੈ ਬੱਕਰੀਆਂ ਤੋਂ, ਪਹਿਲਾਂ ਬੱਕਰੀਆਂ ਹੀ ਪਹਿਲਾਂ ਵਿਖੀਆਂ ਨੇ ਅਤੇ ਅੱਗੇ ਦੇਖਦੇ ਹਾਂ। ਆਹ ਜਵਾਕਾਂ ਵਾਸਤੇ ਖਿਡੌਣੇ ਖਿਡੌਣੇ ਬਣਾਏ ਨੇ, ਫੁਹਾਰੇ ਫੁਹਾਰੇ ਲੱਗੇ ਨੇ, ਬੱਚਿਆਂ ਦਾ ਵੀ ਕੰਮ ਚੱਲ। ਉਹ ਜੀ ਫਿਰ ਹੁਣ ਤੇ ਹੋਰ ਆ ਗਿਆ ਕੈਫੇਟੇਰੀਆ ਜਿਹਾ, ਹੁਣ ਇੱਥੇ ਆਪਾਂ ਦੇਖਦੇ ਹਾਂ, ਇੱਥੇ ਵੀ ਬਣਾਏ ਨੇ ਸਾਰੇ ਕੈਫੇ ਕੂਫੇ ਬਣੇ ਨੇ, ਜਿੱਥੇ ਮਤਲਬ ਕਿ ਆਪਾਂ ਫਿਰ ਸਮਾਨ ਸਮੂਹ ਖਰੀਦ ਸਕਦੇ ਹਾਂ। ਸੋ ਅੱਗੇ ਦੇਖਦੇ ਹਾਂ, ਅੱਜ ਤਾਂ ਜਨਮ ਤਾਂ ਕੋਈ ਦਿਖਿਆ ਨਹੀਂ ਬੱਕਰੀਆਂ ਨੂੰ ਛੱਡ ਕੇ, ਅਤੇ ਦੇਖਦੇ ਹਾਂ ਅੱਗੇ ਕੀ ਮਿਲਦਾ ਕੀ ਦੇਖਦਾ। ਲੋ ਵੀ ਮਿੱਤਰੋ ਮੋਰ ਤਾਂ ਦਿਸ ਗਿਆ ਜੀ, ਇਹਨਾਂ ਦੇ ਪੈਰਾਂ 'ਚ ਵੀ ਆ ਬਈ ਸੈਂਸਰ ਜੇ ਬੰਨੇ ਨੇ, ਕੀ ਚੀਜ਼ ਹੈ ਸੈਂਸਰ ਹੀ ਹੋਣਗੇ, ਕਿਤੇ ਉੱਡ ਉੱਡ ਕੇ ਨਾ ਚੱਲ ਬਸ, ਬਾਕੀ ਬੰਦ ਹੈ ਸਾਰਾ ਉੱਡਣਾ ਤਾਂ ਕੀਤੇ ਇਹਨਾਂ ਨੇ, ਬਟ ਫਿਰ ਵੀ ਅਗਲੇ ਨੇ ਸਿਕਿਉਰਿਟੀ ਰੱਖੀ ਹੈ। ਇਹਨੂੰ ਕਹਿੰਦੇ ਨੇ ਜੀ ਕਾਲਾ ਤੋਤਾ, ਦੋ ਹੀ ਬੈਠੇ ਨੇ, ਦੋ ਹੀ ਰੱਖੇ ਨੇ ਇਹਨਾਂ ਨੇ, ਦੋ ਹੀ ਲਾਦਾ ਬੋਰਡ ਕਰ ਸਕਦੇ। ਚਲੋ ਅੱਗੇ ਦੇਖਦੇ, ਨਖਰੇ ਕਰਦੇ ਨੇ ਇਹ ਜੀ ਮੋਰਾਂ ਦਾ ਇਲਾਕਾ, ਅਤੇ ਚਾਰ ਪੰਜ ਰੱਖੇ ਨੇ, ਚਾਰ ਪੰਜ ਮੋਰ, ਚਾਰ ਪੰਜ ਮੋਰਨੀਆਂ। ਆਹ ਵਰਾਇਟੀਆਂ ਦੀਆਂ ਸਾਰੀਆਂ ਚਿੜੀਆਂ ਨੇ ਇੱਥੇ ਜੀ, ਛੋਟੀਆਂ ਚਿੜੀਆਂ, ਵੱਡੀਆਂ ਚਿੜੀਆਂ। ਕੱਛੂ ਘੁੰਮੇ ਆ ਗਏ ਜੇ ਮਿੱਤਰੋ, ਕੱਛੂ ਘੁੰਮੇ ਲੜ ਪਏ ਨੀ ਦੋ ਮਿੰਟ, ਇਹ ਨਾਲ ਹੀ ਬਹਿ ਗਿਆ ਮੇਰੇ ਹਰੇ ਜਿਹਾ ਤਾਂ ਸਾਫ ਤੇ ਵੇਖਦਾ ਨੀ ਪਿਆ ਸੀ, ਪਹਿਲਾਂ ਹਰੇ ਹਰੇ ਪੱਤੇ ਕੀਤੇ ਪਏ ਨੇ। ਨਾਲ ਫੋਟੋਆਂ ਲੱਗੀਆਂ ਨੇ ਧਿਆਨ ਲੱਗਦਾ, ਉਹ ਥੱਲੇ ਲੋਕਿਆ ਆਹ ਮਿੱਤਰੋ ਖਰਗੋਸ਼ ਚੋਂ ਪਤਾ ਨਹੀਂ ਕਿੱਥੇ ਵਿੱਚ ਲੋਕਿਆ ਮਿੱਟੀ ਦੇ, ਦੇਖ ਨਹੀਂ ਰਿਹਾ, ਲੱਗਦਾ ਨਾਰਾਜ਼ ਹੋ ਗਿਆ ਕਿਤੇ ਉੱਤੇ ਤਾਂ ਚੜਿਆ ਨਾ। ਚਲੋ ਕੋਈ ਨਾ, ਆਹ ਮਿੱਤਰੋ ਪਹਿਲਾਂ ਤਾਂ ਦਿਸਣ ਨਹੀਂ ਦਿਆ ਸੀ ਲੱਕੜ 'ਚ ਰੰਗ ਦਾ, ਅਤੇ ਫਿਰ ਜਦੋਂ ਆਪਾਂ ਧਿਆਨ ਨਾਲ ਵੇਖਿਆ ਫਿਰ ਵਿਖਿਆ ਆ ਰਿਹਾ ਜੇ, ਬਿਲਕੁਲ ਧਿਆਨ ਨਾਲ ਵੇਖਣਾ ਪੈਂਦਾ, ਨਹੀਂ ਤਾਂ ਵੇਖਦਾ ਹੀ ਕੋਈ ਲੱਕੜ 'ਚ ਰੰਗ ਦਾ। ਹੁਣ ਮਿੱਤਰੋ ਇੱਥੇ ਲਿਖਣਗੇ ਅੰਦਰ, ਸਾਰੇ ਸ਼ੀਸ਼ਾ ਦੇ ਵਿੱਚ ਕੈਦ ਕੀਤੇ ਨੇ, ਐਵੇਂ ਲੱਗਦੀ ਜਿਵੇਂ ਬਣਾਉਟ ਹੀ ਜਾਂਦੇ ਨੇ,
ਧਿਆਨ ਨਾਲ ਵੇਖਣਾ ਪੈਂਦਾ। ਲੋ ਮਿੱਤਰੋ ਤੁਸੀਂ ਚਿੱਟਾ ਡੱਡੂ ਵੇਖੋ ਅੱਜ। ਹਾਂਜੀ ਮਿੱਤਰੋ, ਚਿੱਟਾ ਡੱਡੂ ਉਹ ਥੱਲੇ ਮਿੱਟੀ ਭੁੱਖ ਨਾ ਭਰਿਆ ਵੱਖਰੀ ਵੱਖਰੇ ਨੇ ਬਣਾਏ ਨੇ ਤਲਾਬ ਜੇ, ਜਿਹਨਾਂ 'ਚ ਵੱਖਰੀ ਵੱਖਰੀ ਮੱਛੀਆਂ ਪੀਣ। ਇੱਧਰ ਵਾਲ 'ਚ ਵੱਖਰੀਆਂ ਮੱਛੀਆਂ ਨੇ, ਇੱਧਰ ਵਾਲ 'ਚ ਵੱਖਰੀਆਂ ਮੱਛੀਆਂ ਨੇ। ਪਲਾਸਟਿਕ ਦੀਆਂ ਸੰਗਲੀਆਂ ਇਹ ਉਹ ਜਵਾਕਾਂ ਵਾਸਤੇ ਬਣਾਏ ਨੇ, ਜਵਾਕਾਂ ਵਾਸਤੇ ਬਣਾਏ ਹੋਏ ਨੇ। ਖੇਡਾਂ ਖੁੱਡਣ ਵਾਲੇ ਮੂੰਹ ਖਾਈਏ, ਆਹ ਵੇਖੋ ਇੱਧਰ ਲੱਗੇ ਜਵਾਕ ਲੱਗੇ ਨੇ। ਦੱਸਣ ਦੀ ਵੀ ਆ ਸ਼ੇਰ ਇਹਦੇ ਨਾਲ ਖੇਡਦਾ ਹੁੰਦਾ ਹੈ, ਅਤੇ ਆਹ ਵੇਖੋ ਲਾਸ਼ਾਂ ਪਾਈਆਂ ਵੀ ਉਹਨਾਂ ਨੇ, ਦੰਦ ਚਬੋਏ ਨੇ ਵਿੱਚ, ਅਤੇ ਵੇਖ ਕਿੱਡਾ ਹੈਵੀ ਹੈ। ਅਤੇ ਆਹ ਸ਼ੇਰ ਦੀ ਖਾਲ ਜੇ, ਸ਼ੇਰ ਦੇ ਵਾਲ ਜਿਹੜੇ ਆ ਜੇ ਮਿੱਤਰੋ, ਸ਼ੇਰ ਦਾ ਇਲਾਕਾ ਸਾਰਾ, ਇਹ ਜੇ ਸ਼ੇਰ ਖੇਡਦਾ ਰਹਿੰਦਾ ਜਿਹੜੀ ਉਹ ਬੋਲ ਵਿਖਾਉਂਦੇ ਫਿਰ। ਆਹ ਦੇਖੋ ਬਈ ਬੋਲ ਇੰਨਾ ਖੇਡਦਾ ਸੀ, ਅਤੇ ਆਹ ਸਾਰਾ ਜਿਹੜਾ ਰੁੱਖ ਨੇ, ਰੁੱਖਾਂ ਦੇ ਉੱਤੇ ਆ ਪਲਾਸਟਿਕ ਦੇ ਕਵਰ ਜਿਹੇ ਚੜਾਏ ਨੇ, ਜਿਹਦੇ ਨਾਲ ਸ਼ੇਰ ਜਿਹੜਾ ਰੁੱਖ ਦੇ ਉੱਤੇ ਨਾ ਚੜ ਸਕੇ, ਬਾਗ ਜਿਹੜਾ। ਚਲੋ ਅੱਗੇ ਦੇਖਦੇ ਹਾਂ। ਆਹ ਵੇਖੋ ਜਿੰਨੀ ਨੇੜੇ ਆਪਾਂ ਸ਼ੇਰ ਨੂੰ ਅੱਜ ਤੱਕ ਨਹੀਂ ਵੇਖਿਆ ਕਦੇ, ਲੋ ਵੀ ਮਿੱਤਰੋ ਅੱਜ ਮਿੱਠੇ ਫੁੱਲੇ ਵੀ ਆਪਾਂ ਖਾਲੇ ਗੁੜ ਵਾਲੇ, ਟੇਸਟ ਬਹੁਤ ਲਾਜਵਾਬ ਇਹਦਾ। ਅਤੇ ਅੱਜ ਫਿਰ ਨਵੀਂ ਚੀਜ਼ ਟਰਾਈ ਕੀਤੀ ਹੈ, ਲੱਖ 'ਚ ਦੋ ਜੀ ਉਹ ਬਣੇ ਨੇ, ਟਿੱਬੇ ਜਿਹੇ ਬਣੇ ਨੇ। ਅਤੇ ਇਹ ਹੈ ਕਿੱਥੋਂ ਦੇ ਨੇ, ਇੱਥੇ ਲਿਖਿਆ ਹੋਣਾ ਟੂ ਕੈਮਲ ਵਿਦ ਟੂ ਹੰਪਸ। ਲਓ ਵੀ ਮਿੱਤਰੋ ਬਾਜ ਦੇਖ ਲਓ, ਬਾਜ ਵਾਲੀ ਕਿੱਧਰ ਬੈਠਾ, ਆਹ ਬੈਠਾ ਸੀ ਮਿੱਤਰੋ ਉਹ ਗੁੱਠ ਜੀ ਵਿੱਚ। ਚਲੋ ਹੁਣ ਅੱਗੇ ਦੇਖਦੇ, ਆਹ ਵੇਖ ਪੱਥਰਾਂ ਦੇ ਬਣਾਏ ਨੇ ਡਿਜ਼ਾਇਨ ਜੇ,
ਆ ਸਾਰੇ ਉਹਦੇ ਘੁੰਮਣ ਫਿਰਨ ਵਾਸਤੇ ਬਣਾਏ ਨਹੀਂ ਲੱਗਦਾ, ਨਹੀਂ ਉਹਦਾ ਤਾਂ ਵੱਖਰੇ ਪਿੰਜਰਾ ਲੱਗਣ। ਵੈਲਕਮ ਟੂ ਦ ਵਰਲਡ। ਆਹ ਗੁਫਾ ਜੀ ਬਣਾਈ ਹੈ, ਆਵਾਜ਼ ਗੂੰਜਣ ਦੀ, ਠੰਡਾ ਬਹੁਤ ਅੰਦਰੋਂ, ਐਵੇਂ ਭੇਡਾਂ ਦਾ ਬਣਾਇਆ ਆ। ਵੇਖੋ ਇਹਨਾਂ ਦੇ ਸਿੰਘ ਵੇਖੋ ਜਰਾ। ਆਹ ਲਓ ਜੀ ਪਹਾੜੀ ਬੱਕਰੀਆਂ ਦੇਖ ਲਓ, ਇਹ ਨਿੱਕੀ ਨਿੱਕੀ ਨੁੱਕਰ ਦੇ ਪਹਾੜ ਦੇ ਨਿੱਕੀ ਨਿੱਕੀ ਨੁੱਕਰ ਪੈਰ ਧਾਰ ਕੇ ਚੜ ਜਾਂਦੀਆਂ ਨੇ। ਪਾਬਣ ਪਹਾੜੀ ਵੀ ਨਾਲ ਹੀ ਬਣਾਈ ਉਹਨਾਂ ਨੇ, ਇੰਨੇ ਪ੍ਰੈਕਟਿਸ ਹੁੰਦੀ ਰਹੇ। ਆਹ ਫੋਟੋਆਂ ਖਿਚਾਉਣ ਵਾਸਤੇ ਬਣਾਏ ਨੇ ਨਾਲ, ਇੱਕ ਸਾਈਡ ਘੋੜਾ ਬਣਾਇਆ ਉੱਪਰ ਆਵਾਂ ਜੋ ਮਿੱਤਰੋ ਘੋੜਾ ਵੇਖਣ ਆ ਲਓ, ਇੱਕ ਸਾਈਡ ਘੋੜਾ ਬਣਾਇਆ ਅਤੇ ਇੱਕ ਸਾਈਡ ਬਣਾਇਆ ਊਂਠ, ਉਹ ਤਾਂ ਫੋਟੋਆਂ ਖਿਚਾਓ। ਆਹ ਪਾਣੀ ਵਾਲੀ ਲੇਕ ਸਾਰੇ ਇਹਦੇ ਵਿੱਚ ਘੁੰਮਣ ਦੀ ਹੈ, ਸੋ ਜਿਹੜੀ ਸਾਈਡ ਮਰਜ਼ੀ ਵੇਖ ਲਓ ਅਤੇ ਨਾਲ ਨਾਲ ਸਾਡੀ ਲੇਕ ਵੀ ਚੱਲਦੀ ਰਹੇਗੀ। ਹੁਣ ਜਿਵੇਂ ਆਹ ਸਾਡੇ ਪਿੱਛੇ ਲੇਕ ਤੁਰ ਗਈ ਹੈ ਅਤੇ ਹੁਣ ਦੂਜੀ ਸਾਈਡ ਆ ਗਈ ਹੈ, ਅਤੇ ਹਜੇ ਜੂ ਦੇ ਅਰਾਊਂਡ ਜਿਵੇਂ ਚਾਰ ਹਿੱਸੇ ਹੁੰਦੇ ਹੋ, ਇੱਕ ਹਿੱਸੇ 'ਚ ਘੁੰਮੇ ਆ, ਤਿੰਨ ਹਿੱਸੇ ਦੇ ਪਏ ਨੇ, ਸੋ ਟਾਈਮ ਬਹੁਤ ਲੱਗਣ ਦਿਆ ਅਤੇ ਜਗ੍ਹਾ ਬਹੁਤ ਜ਼ਿਆਦਾ, ਸਪੀਡ ਖਿੱਚਣੇ ਆ ਤਾਂ ਕਿ ਕਵਰ ਕੀਤਾ ਜਾਏ, ਬਟ ਲੱਗਦਾ ਨਹੀਂ ਪਿਆ। ਮੌਸਮ ਵੀ ਖਰਾਬ ਹੋਣ ਦਿਆ, ਬੱਦਲ ਬਣਦੇ ਨੇ, ਠੰਡੀ ਹਵਾ ਚੱਲਣ ਦੀ ਅਤੇ ਬਾਰਿਸ਼ ਦਾ ਕੋਈ ਪਤਾ ਨਹੀਂ, ਬਟ ਦੇਖਦੇ ਆਪਾਂ ਕਵਰ ਕਰਦੇ ਹਾਂ। ਅਤੇ ਗਾਹ ਆਹ ਦੇਖੋ ਕੰਗਾਲ ਜਿਹਾ ਬਣਾਇਆ ਉਹਨਾਂ ਨੇ, ਇਹ ਬਣੇ ਕਿਸ ਚੀਜ਼ ਦਾ। ਆਹ ਮਿੱਤਰੋ ਵੇਲ ਮੱਛੀ ਦਾ ਕੰਕਾਲ ਹੈ, ਜਿਹੜੀ ਆ ਵੇਖੋ ਪਾਣੀ ਦੇ ਵਿੱਚ ਹੁੰਦੀ ਹੈ ਵੱਡੀ ਸਾਰੀ। ਆਹ ਸਾਰੇ ਉਹਦੇ ਕੰਕਾਲ ਜਿਹਾ ਬਣਾਇਆ, ਬਣਾਇਆ ਨਹੀਂ ਮਤਲਬ ਓਰੀਜਨਲ ਆ, ਦੇਖੋ ਕਿੱਡਾ ਵੱਡਾ। ਆਹ ਆਪਾਂ ਅੰਦਰ ਦੀ ਸਾਡੇ ਵੇਖ ਸਕਦੇ ਹਾਂ ਅਤੇ ਉੱਤਰੀ ਸਾਡੇ ਵੇਖ ਸਕਦੇ ਹਾਂ, ਪਹਿਲਾਂ ਆਪਾਂ ਅੰਦਰ ਸਾਡੇ ਵੇਖ ਲੈਂਦੇ ਹਾਂ ਕੀ ਵਿਊ ਹੈ, ਫਿਰ ਉੱਤਲੀ ਸਾਈਡ ਜਾਵਾਂਗੇ। ਅੰਦਰ ਤਾਂ ਮਿੱਤਰੋ ਪਾਣੀ ਜਾਂ ਮਤਲਬ ਕਿ ਥੱਲੇ ਪਾਣੀ ਵਾਟਰ ਜਿਹਾ ਵਿਖਾਇਆ ਸੀ ਜਦੋਂ ਵਿੱਚ ਸਵਿਮਿੰਗ ਕਰਦੇ ਨੇ ਅਤੇ ਵੇਖ ਲਏ, ਬਟ ਉਹ ਲੱਗਦਾ ਬਾਹਰ ਹੀ ਘੁੰਮਣ ਦੇ ਨੇ। ਸੋ ਹੁਣ ਉੱਤਲੀ ਸਾਈਡ ਜਾਂਦੇ ਹਾਂ, ਬਾਹਰੀ ਸਾਈਡ ਵੇਖਦੇ ਉਹਨਾਂ ਨੂੰ, ਇੱਕ ਤਾਂ ਆਹ ਬੈਠਾ ਜੀ ਮਿੱਤਰੋ ਅਤੇ ਦੂਜਾ ਬੈਠਾ ਜੀ ਉਹ ਗੁੜ 'ਚ। ਇਧਰਲੀ ਸਾਈਡ ਬੈਠੇ ਨੇ ਬੇੜੀਏ ਵਾਈਟ ਕਲਰ ਚਿੱਟੇ ਰੰਗ ਦੇ ਬੇੜੀਏ। ਆਹ ਵੇਖ ਲਓ ਇਹ ਜਿਹੜਾ ਜਿੰਨਾ ਸਾਰਾ ਏਰੀਆ ਇਹ ਸਿਰਫ ਆ ਚਿੱਟੇ ਬਾਲੂਆਂ ਕਰਕੇ ਬਣਾਇਆ, ਅਤੇ ਇੱਧਰ ਵਾਲਾ ਏਰੀਆ ਜਿਹੜਾ ਸਾਰਾ ਇਹਨਾਂ ਬੇੜੀਆਂ ਕਰਕੇ ਬਣਾਇਆ। ਦੇਖੋ ਕਿੱਥੇ ਬੈਠੇ, ਇਹ ਵੀ ਕੰਮ ਸਹੀ ਹੈ, ਨਵਾਂ ਨਜ਼ਾਰੇ। ਆਹ ਵੇਸਟੇਜ ਨਾਲ ਬਾਲੂ ਬਣਾਇਆ, ਆਹ ਦੇਖੋ ਚੱਪਲ ਸਲਿੱਪਰ ਗਲਾਸ ਸਾਰਾ ਕੁਛ ਲਾ ਕੇ ਬਣਾਇਆ।
ਟੈਲੈਂਟ ਦੀ ਕੋਈ ਕਮੀ ਨਹੀਂ ਮਿੱਤਰੋ। ਧੋਣਾ ਦੇ ਨਾ ਐਵੇਂ ਰੋੜ ਕੇ ਸੁੱਟੀਆਂ ਨੇ ਜਿਵੇਂ ਅੱਜ ਹੀ ਰਾਮ ਨਾਲ ਕੀਤਾ ਹੋਇਆ ਨੇ, ਧੋਣ ਵੀ ਨਹੀਂ ਹਿਲਾਉਂਦੇ। ਆਏ ਕਿਲੇ ਆਏ ਹੇ, ਉਹਨਾਂ ਨੂੰ ਦੁੱਖ ਹੁੰਦੀ ਹੈ ਕਦੀ ਉਹਨੂੰ ਵਿਚਾਰਿਆਂ ਨੂੰ ਉੱਧਰ ਲੈ ਜਾਂਦੇ ਕਦੀ ਇੱਧਰ ਲੈ ਜਾਂਦੀ ਹੈ। ਉਹ ਵੀ ਡਰਦੇ ਡਰਦੇ ਪੈਰ ਧਰਨਗੇ ਥੱਲੀ ਨਾ ਡਿੱਗ ਜੀ। ਪਹੁੰਚ ਗਏ ਪਹੁੰਚ ਗਏ ਮਿੱਤਰੋ ਪਹੁੰਚ ਗਏ। ਉਹ ਲੜ ਪਏ ਨੀ, ਔਖਾ ਹੈ ਕੰਮ। ਇਹਨਾਂ ਨੇ ਪਤੰਦਰਾਂ ਨੇ ਖਿਡੌਣਾ ਹੀ ਬਣਾਇਆ ਪਿਆ, ਕੰਨਾਂ ਕਦੀ ਉਹਨਾਂ ਨੂੰ ਉੱਧਰ ਲੈ ਜਾਂਦੇ ਕਦੀ ਇੱਧਰ ਲੈ ਜਾਂਦੇ। ਸ਼ੇਰ ਬੱਗਾ ਮਿੱਤਰੋ ਬੈਟਰੀ ਆਪਣੀ ਥੋੜ੍ਹੀ ਰਹਿ ਗਈ ਮਿੱਤਰੋ, ਜਿੰਨਾ ਕੁਛ ਸ਼ੁਰੂ ਹੁੰਦਾ ਕਰ ਲਈ ਛੇਤੀ ਛੇਤੀ।